ਗੋਲੀ ਜਿਹੜੀ ਆ ਡਿੰਪਲ ਕੇ ਨੇ ਇਸ ਤੋਂ ਉਸ ਦੇ ਜਿਹੜੇ ਲੜਕੇ ਨੇ ਪਵਨ ਉਹ ਇੱਥੇ ਆਉਂਦੇ ਨੇ ਤਾਂ ਕਿਸੇ ਚੀਜ਼ ਨੂੰ ਲੈ ਕੇ ਕਹਾਸਾਨੀ ਹੁੰਦੀ ਆ ਕਿਉਂਕਿ ਉਸਨੂੰ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਾਂਦਾ ਫਿਲਹਾਲ ਡਾਕਟਰ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦੇ ਕਹਿੰਦੇ ਘਟਨਾ ਜਿਵੇਂ ਕਿ ਗੋਲੀ ਚੱਲੀ ਆ ਆਪਣੇ ਆਪ ਦੇ ਵਿੱਚ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਕਾਨੂੰਨ ਵਿਵਸਥਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਆ। पिछली बार मैं इलेक्शन के खिलाफ लड़िया ऐतकाल भी मेरी तैयारी सी इलेक्शन खिलाफ करन दी उस रंजिश के तहत इन्होंने बदमाश नहीं करनी जो कि मेरे बंदे सी करके इन्होंने बहस की गाली गलोच कर लाते उस तो बाद इन्होंने मुंडे बुलाए फोन करके सानू पता ही लगा मैं मेरा ब्रदर इन्होंने आंदे साढ़े हमला करने की कोशिश की असं अपना बचाव वास्ते पिछे नहीं हटे हाँ तो नाल ही उन्हें गोली चला दी है एक गोली उन्हें हवाई फायर किया उस तो बाद सीधी गोली चलाई जो कि मेरे ब्रदर के यानी कि अमन कुमार रिंकू हाँ जी हाँ जी कार्रवाई बदमाश बंदे ने इन्हों के अगे भी भाई पर्चे है 300 200 300 700 लोगों नूं लै लै बहन दे लोगों दे घर झाड़न दे ने इह लोगों नूं मौत दे घर उतारन दे ऐ ऐसा जानूं संगल पा के अंदर वारना चाहिए बाहर खुले छड़ने नहीं चाहिए कुत्ते उन्हें बत्तर ने सौ इस करके इन्हों के कार्रवाई होनी चाहिए है मैं सीएम साहब तक डीजीपी तक मैं इन्हों की अप्रोच करांगा इस मसले बारे इन्हों नूं पुछांगा। ਚਾਹੁੰਦੇ ਹੋ ਕਿਹੜੀ ਜਗ੍ਹਾ ਦੀ ਗੋਲੀ ਚੱਲੀ ਹੈ ਜੀ ਉੱਥੇ ਕਾਰਪੋਰੇਸ਼ਨ ਵੱਲੋਂ ਗਟਰ ਸਾਫ
ਉੱਥੇ ਦੋ ਪਾਰਟੀਆਂ ਉਹਨੂੰ ਕਰਦੀਆਂ ਨੇ, ਉੱਥੇ ਵਰਕ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ, ਇੱਕ ਸੁਰਿੰਦਰ ਚੌਧਰੀ ਦੀ ਅਤੇ ਇੱਕ ਡਿੰਪਲ ਅਰੋੜੇ ਦੀ। ਉਹ ਮਸ਼ੀਨ ਤੋਂ ਲੈ ਕੇ ਇਹਨਾਂ ਦਾ ਝਗੜਾ ਆ। ਜਿਹੜੇ ਚੁਰਿੰਦਰ ਚੌਧਰੀ ਪਾਰਟੀ ਵੱਲੋਂ ਕੋਈ ਸਪੋਰਟ 'ਤੇ ਜਿਹੜੇ ਮੁੰਡੇ ਆਏ, ਉਹਨਾਂ ਵੱਲੋਂ ਇੱਕ 'ਚੋਂ ਦੋ ਫਾਇਰ ਕੀਤੇ ਗਏ, ਇੱਕ ਹਵਾਈ ਫਾਇਰ ਆ, ਇੱਕ ਲੱਗਾ। ਸਰ ਜਿਹਦੇ ਲੱਗਾ ਉਹ ਕਿਸ ਪਾਰਟੀ ਤੋਂ ਨੇ ਅਤੇ ਜਿਨ੍ਹਾਂ ਨੇ ਲਗਾਇਆ ਉਹ ਕਿਸ ਪਾਰਟੀ ਤੋਂ? ਜਿਨ੍ਹਾਂ ਵੱਲੋਂ ਲਾਇਆ ਗਿਆ ਉਹ ਕਾਂਗਰਸ ਪਾਰਟੀ ਆ, ਜਿਨ੍ਹਾਂ ਦੇ ਲੱਗਾ ਉਹ ਆਮ ਆਦਮੀ ਪਾਰਟੀ। ਅਤੇ ਕਿਸੇ ਦੀ ਸਰ ਗ੍ਰਿਫਤਾਰੀ ਹੋਈ ਹੈ? ਅਜੇ ਕੋਈ ਗ੍ਰਿਫਤਾਰੀ ਨਹੀਂ, ਮਾਮਲਾ ਕੰਡੀਸ਼ਨ ਕੀ ਆ ਜਿਹਨੂੰ ਗੋਲੀ ਲੱਗੀ? ਠੀਕ ਹੈ, ਸਟੇਬਲ ਹੈ। ਸਰ ਪਾਰਟੀ ਬਾਈ ਨੂੰ ਲੈ ਕੇ ਝਗੜਾ ਆਇਆ ਜਾਂ ਫਿਰ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ? ਦੋਵੇਂ ਕਮੀ ਹੈ, ਪਾਰਟੀ ਬਾਜੀ ਵੀ ਅਤੇ ਦੋਵਾਂ ਦੀ ਪੁਰਾਣੀ ਰੰਜਿਸ਼ ਵੀ ਇਹਨਾਂ ਦੀ ਹੈਗੀ। ਕੋਈ ਗ੍ਰਿਫਤਾਰੀ ਸਰ ਹੋਈ ਨਹੀਂ? ਅਜੇ ਕੋਈ ਨਹੀਂ, ਮਾਮਲਾ ਦਰਜ ਕਰ ਰਹੇ ਹਾਂ। ਜਲਦੀ ਗ੍ਰਿਫਤਾਰ ਕੀਤੇ ਜਾਣਗੇ ਜਿਹੜੇ ਬੰਦਿਆਂ ਨੂੰ? ਬਿਲਕੁਲ ਬਿਲਕੁਲ ਜੀ, ਕੀਤੇ ਜਾਣਗੇ।